ਪਟਿਆਲਾ ਦੇ ਸਨੋਰ ਹਲਕੇ ਵਿੱਚ ਬੀਤੀ ਰਾਤ ਤੂਫਾਨ ਆਉਣ ਕਾਰਨ ਭਾਰੀ ਨੁਕਸਾਨ ਹੋਇਆ। ਪਿੰਡ ਬੋਲੜ, ਬੱਤਾ ਕਰਨਪੁਰ ਅਤੇ ਸਿਰ ਕਪੜਾ ਵਿੱਚ ਬਿਜਲੀ ਦੇ ਖੰਭੇ ਟੁੱਟ ਕੇ ਸੜਕਾਂ ਉੱਪਰ ਡਿੱਗ ਗਏ, ਜਿਸ ਕਾਰਨ ਪਿੰਡਾਂ ਵਿੱਚ ਬਿਜਲੀ ਨਾ ਹੋਣ ਕਾਰਨ ਕੱਲ੍ਹ ਰਾਤ ਤੋਂ ਹਨੇਰਾ ਛਾਇਆ ਹੋਇਆ। ਭਾਰੀ ਮਾਤਰਾ ਵਿੱਚ ਦਰਖਤ ਵੀ ਟੁੱਟ ਗਏ ਅਤੇ ਨਾਲ ਹੀ ਜਾਨੀ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।